अज बलवंत गार्गी जी की लिखी कहानी दुध का छन्ना लेके आ रहे हैं। कोई सवारी ना होने करके वह पैदल ही तुर पिया। सरों की खुशबू उसके मन में तरह तरह के सुफने जगाउंदी सी। तेज तेज उलांघा भरदा वह खेत की वटो वट तुरया जा रहा सी। आले दुआले सरों खेतों में अपने जोबन उत्ते मस्त गवाची खड़ी सी। सारी धरती सरों के सोने नाल गजी हुई सी, जिमें बसंत दे दिल नूं जितन खातर धरती ने शेकर नवी व्यौली वांग अपनी अपना पूरा हार शिंगार कर लिया होवे। चार चौफेरे एको तरह के पीले पीले ताज सुनहरे रंग का समुंदर सी। बहुत चिर इस तरह तुरन पिछों उन्हूं इंज भासिया जिमें वह किसी होर डंडी हो लिया होवे। वह कुछ चिर उत्थे खड़ा रहा। पूर्ब वालों हनेरा खिलरदा आउंदा सी। किसी नूं रास्ता पुछे दूर लेंदे वल सूरज दे दोवें पासे दे काले काले बदल सोने दी इस टुकड़ी नूं फाह लैण दीआं सलाहां करदे सन। इन्ने विच खब्बे पासिओं दूर खूह दे कोलों इक कुड़ी सिर उत्ते पठ्ठिआं दी भरी चुक्की आउंदी दी सी। इह गीत उस दे बुल्लां विचों निकल के पुलाड़ विच खिंड रिहा सी। उड़दी धूड़ दिसे बोता वीर दा नज़र ना आवे। ਉਹ ਵਗਦੇ ਖਾਲ ਕੋਲੋਂ ਖਲੋ ਗਿਆ ਅਤੇ ਉਸਨੂੰ ਉਡੀਕਣ ਲੱਗਿਆ। ਜਦੋਂ ਉਹ ਨੇੜੇ ਆਈ ਤਾਂ ਉਸਨੂੰ ਪੁੱਛਿਆ, ਕਿਉਂ ਬੀਬੀ ਦਿੱਤੋਪੁਰ ਇੱਥੋਂ ਕਿੱਡੀ ਦੂਰ ਏ? ਉਸਨੇ ਅਜੀਤ ਵੱਲ ਅੱਖ ਪੱਟ ਕੇ ਤੱਕਿਆ ਅਤੇ ਆਖਿਆ, ਭਾਈ ਇਹ ਸਾਹਮਣੇ ਤਾਂ ਦਿਆਲਗੜ੍ਹ ਏ, ਦਿੱਤੋਪੁਰ ਪਛਾਂ ਰਹਿ ਗਿਆ ਏ। ਤੂੰ ਕਿਤੇ ਰਾਹ ਤਾਂ ਨਹੀਂ ਭੁੱਲ ਗਿਆ? ਅਜੀਤ ਨੇ ਆਖਿਆ। ਕੁਝ ਇਸੇ ਤਰ੍ਹਾਂ ਹੀ ਜਾਪਦਾ ਏ। ਆਥਣ ਹੋ ਚੁੱਕੀ ਸੀ। ਦੋ ਮੇਲ ਉੱਤੇ ਇੱਕ ਨਿੰਮਾ ਹਰਾ ਹਨੇਰਾ ਸੂਹੇ ਬੱਦਲਾਂ ਦੇ ਕੰਢਿਆਂ ਉੱਤੇ ਫੈਲਦਾ ਆਉਂਦਾ ਸੀ। ਉਸ ਨੂੰ ਇਹ ਸੋਚ ਕੇ ਕਿ ਖਲੋਤੇ ਖਲੋਤੇ ਇਸ ਕੁੜੀ ਦੇ ਧੌਣ ਹੰਭ ਗਈ ਹੋਊਗੀ, ਉੜਕ ਨੂੰ ਆਖਿਆ, ਵਾਧੇ ਹਨੇਰੇ ਵਿੱਚ ਮੈਨੂੰ ਕਿਤੇ ਰਾਹ ਵੀ ਨਹੀਂ ਲੱਭਣਾ। ਕਿ ਇਸ ਪਿੰਡ ਵਿੱਚ ਕਿਤੇ ਰਾਤ ਕੱਟਣ ਦਾ ਪ੍ਰਬੰਧ ਹੋ ਸਕਦਾ ਏ? ਕੁੜੀ ਨੇ ਸਿਰ ਤੋਂ ਭਰੀ ਨੂੰ ਹੇਠਾਂ ਭੌਂ 'ਤੇ ਸਿੱਟ ਦਿੱਤਾ। ਅਤੇ ਕੋਈ ਇੱਥੇ ਧਰਮਸ਼ਾਲਾ ਜਾਂ ਗੁਰਦੁਆਰਾ ਤਾਂ ਹੈ ਨਹੀਂ, ਪੰਜ ਸੱਤ ਝੁੱਗੀਆਂ ਹਨ, ਜੇ ਕਿਤੇ ਥਾਂ ਮਿਲ ਸਕੇ। ਉਹ ਉਸਦਾ ਬਹੁਤ ਧੰਨਵਾਦੀ ਸੀ। ਇੱਕ ਮਿੰਟ ਚੁੱਪ ਚੁਪੀਤਾ ਉਸੇ ਤਰ੍ਹਾਂ ਖਲੋਤਾ ਰਿਹਾ। ਕੁੜੀ ਨੇ ਫੇਰ ਰੰਬੀ ਭਰੇ ਦੀ ਜੱਤ ਵਿੱਚ ਦਿੱਤੀ ਅਤੇ ਉਹਦਾ ਸਹਾਰਾ ਲਵਾ ਕੇ ਫੇਰ ਸਿਰ ਉੱਤੇ ਚੁੱਕ ਲਿਆ। ਅਜੀਤ ਉਸਦੇ ਨਾਲ ਨਾਲ ਤੁਰਨ ਲੱਗ ਪਿਆ। ਸ਼ਹਿਰਾਂ ਦੀ ਭੱਜ ਦੌੜ ਹੂੰ ਹੂੰ ਅਤੇ ਚੀਕ ਚੰਗਿਆੜ ਤੋਂ ਖਾਲੀ ਇਹ ਪਿੰਡ ਧਰਤੀ ਅਤੇ ਆਕਾਸ਼ ਦੇ ਵਿਚਕਾਰ ਇੰਝ ਉੱਗਿਆ ਹੋਇਆ ਸੀ ਜਿਵੇਂ ਥਲ ਦੇ ਬੇਅੰਤ ਟਿੱਬਿਆਂ ਵਿੱਚ ਕੋਈ ਫੁੱਲ ਖੜ੍ਹਾ ਹੋਵੇ। ਉਸਨੇ ਅਜੀਤ ਵੱਲ ਅੱਖਾਂ ਫੇਰੇ ਬਿਨਾਂ ਹੀ ਪੁੱਛਿਆ, ਭਾਈ ਤੂੰ ਕਿਹੜੇ ਪਿੰਡੋਂ ਏ? ਨਵਾਂ ਹੀ ਜਾਪਦਾ ਏ। ਉਸਨੇ ਜਵਾਬ ਦਿੱਤਾ ਕਿ ਉਹਨੂੰ ਸਰਹੰਦ ਸ਼ਹਿਰ ਵਿੱਚ ਆਇਆ ਥੋੜ੍ਹਾ ਹੀ ਚਿਰ ਹੋਇਆ ਏ। ਉਹ ਪੈਲੀਆਂ ਦਾ ਇੰਸਪੈਕਟਰ ਏ। ਪਿੰਡ ਦੇ ਆਜੜੀ ਅਤੇ ਵਾਗੀ ਵਾਪਸ ਘਰਾਂ ਨੂੰ ਪਰਤ ਪਏ ਸਨ। ਟੋਬੇ ਉੱਤੋਂ ਤੀਵੀਆਂ ਡੁੱਲਦੇ ਘੜੇ ਢਾਕਾਂ ਉੱਤੇ ਧਰੀ ਵਾਪਸ ਘਰਾਂ ਵੱਲ ਨੂੰ ਆ ਰਹੀਆਂ ਸਨ। ਪਿੰਡ ਦੀ ਜੂਹ ਟੱਪਦਿਆਂ ਹੀ ਬਰੋਟੇ ਕੋਲ ਇੱਕ ਝੁੱਗੀ ਸੀ। ਪੈਰਾਂ ਦਾ ਖੜਾਕ ਸੁਣ ਕੇ ਇੱਕ ਬੁੱਢੀ ਆਵਾਜ਼ ਆਈ, ਨਿਹਾਲੋ ਪੁੱਤਰ ਆ ਗਈ ਏ? ਹਾਂ ਮਾਂ ਨੀ। ਅਤੇ ਅੰਦਰੋਂ ਇੱਕ 50 ਸਾਲ ਦੀ ਤੀਵੀਂ ਨਿਕਲੀ, ਲਿਆ ਪੱਠੇ ਸੁੱਟ ਅਤੇ ਜਾ ਕੇ ਗਾਂ ਨੂੰ ਚੋ, ਤੈਨੂੰ ਕਦ ਦੀ ਉਡੀਕਦੀ ਹਾਂ ਅਤੇ ਇਹ ਤੇਰੇ ਨਾਲ ਕੌਣ ਏ? ਨਿਹਾਲੋ ਨੇ ਪੱਠੇ ਸੁੱਟ ਦਿੱਤੇ ਅਤੇ ਮਾਂ ਦਾ ਗੁੱਟ ਦਬਾ ਕੇ ਆਖਿਆ, ਇੱਥੇ ਨੇੜੇ ਦੇ ਸਪਿੱਟਰ ਨੇ, ਰਾਹ ਭੁੱਲ ਗਏ ਨੇ। ਬੁੱਢੀ ਮਾਂ ਅਜੀਤ ਦੇ ਕੋਲ ਆ ਗਈ ਅਤੇ ਉਸ ਦੀ ਬਾਂਹ ਨੂੰ ਟੋਹ ਕੇ ਆਖਣ ਲੱਗੀ, ਬਹਿ ਜਾ ਪੁੱਤ, ਮੰਜੀ ਡਾਹ ਦੇ ਕੁੜੇ ਨੇ ਇਹਨਾਂ ਵਾਸਤੇ ਧਿਆਏ ਹੋਣਗੇ, ਜਾ ਛੇਤੀ ਦੇਣੀ ਜਾ ਕੇ ਮੱਟ ਵਿੱਚੋਂ ਪਾਣੀ ਦਾ ਛੰਨਾ ਦੇ। ਨਿਹਾਲੋ ਨੇ ਘੜੀਸ ਕੇ ਮੰਜੀ ਕੋਲ ਕਰ ਦਿੱਤੀ। ਉਹ ਇਸ ਟੁੱਟੀ ਫੁੱਟੀ ਮੰਜੀ ਦੀ ਬਾਹੀ ਉੱਤੇ ਬੈਠ ਗਿਆ। ਸੂਤ ਹੋ ਕੇ ਬੈਠ ਜਾ ਸੋਹਣਿਆ, ਮਾਂ ਨੇ ਬੜੀ ਉਦਾਰਤਾ ਨਾਲ ਆਖਿਆ। ਨਿਹਾਲੋ ਦੁਹਾਣਾ ਲੈ ਕੇ ਝੁੱਗੀ ਦੇ ਪਛਾੜੀ ਬੰਨੀ ਹੋਈ ਗਾਂ ਦੀ ਧਾਰ ਕੱਢਣ ਚਲੀ ਗਈ। ਉਸ ਨੇ ਗਾਂ ਨੂੰ ਉਠਾਇਆ। ਵੱਛਾ ਜਿਹੜਾ ਮਿਣਕ ਮਿਣਕ ਕਿੱਲੇ ਉੱਤੇ ਸੌਂ ਗਿਆ ਸੀ, ਉਸ ਦੇ ਪੈਰਾਂ ਦੀ ਚਾਪ ਸੁਣਦਿਆਂ ਹੀ ਰੰਬਣ ਲੱਗ ਪਿਆ। ਨਿਹਾਲੋ ਨੇ ਉਸ ਦੇ ਮੂੰਹ ਤੋਂ ਛਿੱਕਲੀ ਲਾਹੀ। ਉਹ ਚੁੰਗੀਆਂ ਭਰਦਾ ਹੋਇਆ ਮਾਂ ਦੇ ਥਣਾਂ ਨੂੰ ਮੱਛ ਕੇ ਮਾਰਨ ਲੱਗ ਪਿਆ। ਨਿਹਾਲੋ ਨੇ ਅਸੀਲ ਗਾਂ ਦੀਆਂ ਟੰਗਾਂ ਵਿੱਚ ਨਿਆਣਾ ਬੰਨ ਦਿੱਤਾ। ਵੱਛੇ ਨੇ ਢੋਡਾ ਮਾਰ ਮਾਰ ਉਸ ਨੂੰ ਪਸਮਾ ਦਿੱਤਾ। ਜਦ ਦੁੱਧ ਥਣਾਂ ਵਿੱਚੋਂ ਡੁਲਕਣ ਲੱਗ ਪਿਆ, ਨਿਹਾਲੋ ਨੇ ਵੱਛੇ ਨੂੰ ਧੂ ਕੇ ਦੂਜੇ ਕਿੱਲੇ ਬੰਨ ਦਿੱਤਾ ਅਤੇ ਦੋਹਾਣਾ ਗੋਡਿਆਂ ਵਿੱਚ ਲੈ ਧਾਰਾਂ ਕੱਢਣ ਲੱਗ ਪਈ।
ਅੱਜ ਉਸ ਦੇ ਹੱਥ ਕੁਝ ਵਧੇਰੀ ਫੁਰਤੀ ਨਾਲ ਗਊ ਦੇ ਕੂਲੇ ਗਰੇਊ ਥਣਾਂ ਨੂੰ ਟੋਂਦੇ ਤੇ ਚੋਂਦੇ ਸਨ। ਛਾਂ ਛਾਂ ਕਰਦੀਆਂ ਧਾਰਾਂ ਦਾ ਮੀਂਹ ਉਸ ਦੇ ਦੁਹਾਣੇ ਵਿੱਚ ਵਰਨ ਲੱਗ ਪਿਆ। ਕੋਈ ਕੋਈ ਧਾਰ ਦੁਹਾਣੇ ਦੀ ਧੌਣ ਤੋਂ ਤਿਲਕ ਕੇ ਉਸ ਦੀ ਸੁੱਥਣ ਉੱਪਰ ਖਿਲਰ ਜਾਂਦੀ ਤੇ ਬਰੀਕ ਬਰੀਕ ਰਿਸਦੀਆਂ ਹੋਈਆਂ ਧਾਰਾਂ ਦੀ ਭੂਰ ਇੱਧਰ ਉੱਧਰ ਕਿਰਨ ਲੱਗ ਪਈ। ਉਹਦੇ ਦੋਹਾਂ ਹੱਥਾਂ 'ਚੋਂ ਇੱਕ ਸਾਰ ਨਿਕਲਦੀਆਂ ਦੁੱਧੀਆਂ ਹੇਕਾਂ ਨੇ ਇੱਕ ਸਮਾਂ ਬੰਨ ਦਿੱਤਾ ਤੇ ਵਾੜਾ ਇੱਕ ਭਿੰਨੇ ਗੀਤ ਨਾਲ ਗੂੰਜ ਉੱਠਿਆ। ਦੁਹਾਣੇ ਵਿੱਚ ਉੱਲਰਦੀ ਝੱਗ ਵਾਂਗ ਇੱਕ ਖਿਆਲ ਉਸ ਦੀ ਹਿੱਕ ਵਿੱਚ ਉੱਭਰਨ ਲੱਗ ਪਿਆ। ਇਸ ਨਵੇਂ ਗੱਭਰੂ ਦਾ ਮਹਾਂਦਰਾ ਉਸ ਦੇ ਆਪਣੇ ਭਰਾ ਜਿਹੜਾ 3 ਸਾਲ ਤੋਂ ਸਮੁੰਦਰ ਪਾਰ ਕਿਤੇ ਲੜਦਾ ਹੋਊਗਾ ਨਾਲ ਕਿੰਨਾ ਮਿਲਦਾ ਏ। ਸਵਾ ਉਹੀ ਬੋਲ, ਬੁੱਲਾਂ ਉੱਤੇ ਉਹੀ ਗਿਲ ਗਿਲ ਅਤੇ ਮੱਥੇ ਉੱਤੇ ਉਹੀ ਖਿੜ ਸੀ। ਦੁਹਾਣਾ ਦੁੱਧ ਨਾਲ ਭਰਦਾ ਆਉਂਦਾ ਸੀ ਅਤੇ ਉਸ ਦੀਆਂ ਛਾਤੀਆਂ ਵੀ ਇਸੇ ਰੀਝ ਭਰੇ ਸੁਫਨੇ ਨਾਲ ਤਰਾਂ ਤਰਾਂ ਡਲਕਣ ਲੱਗ ਪਈਆਂ। ਬਾਹਰ ਅਜੀਤ ਮੰਜੀ 'ਤੇ ਬੈਠਾ ਸੋਚਦਾ ਸੀ ਕਿ ਨਿਹਾਲੂ ਦੇ ਮੜੰਗੇ ਵਿੱਚ ਕਿਵੇਂ ਕਿਸੇ ਭੁੱਲੀ ਵਿਸਰੀ ਯਾਦ ਦੇ ਰੰਗਾਂ ਦੀ ਛਲਾਂ ਛਣਕਦੀਆਂ ਜਾਪਦੀਆਂ ਹਨ। ਉਸ ਦਾ ਕੱਦ ਕਾਠ ਕਿੰਨਾ ਨਰੋਆ ਏ, ਉਸ ਦੀ ਆਵਾਜ਼ ਵਿੱਚ ਕਿੰਨੀ ਖਿੱਚ ਏ, ਉਸ ਦੀ ਉੱਚੀ ਧੌਣ 'ਤੇ ਮੋਟੀਆਂ ਬਦਾਮੀ ਅੱਖਾਂ। ਮੰਜੀ ਹੇਠ ਬੈਠਾ ਕੁੱਤਾ ਇੱਕਦਮ ਇੱਕ ਕੁੱਕੜੀ ਨੂੰ ਵੇਖ ਕੇ ਉਸ ਦੇ ਮਗਰ ਭੌਂਕਦਾ ਹੋਇਆ ਦੌੜ ਪਿਆ। ਚਾਰੇ ਦੇ ਬੱਠਲ ਕੋਲ ਬੈਠੀ ਸਾਊ ਬਿੱਲੀ ਜਿਹੜੀ ਆਪਣੀਆਂ ਨਾਸਾਂ ਅਗਲੇ ਪੰਜਿਆਂ ਉੱਤੇ ਰੱਖੀ ਅੱਖਾਂ ਮੀਚੀ ਕੁਝ ਸੋਚਦੀ ਸੀ। ਇਹ ਭੌਂਕ ਸੁਣ ਕੇ ਇੱਕਦਮ ਡੌਰ ਭੌਰ ਹੋ ਕੇ ਤੱਕਣ ਲੱਗੀ। ਨੇੜੇ ਨਿੰਬੂਆਂ ਦੇ ਵਾੜੇ ਵਿੱਚ ਇੱਕ ਖੱਟੀ ਖੁਸ਼ਬੂ ਰਮਕਦੀ ਹੋਈ ਵਾਹ ਉੱਤੇ ਤੁਰਦੀ ਆਉਂਦੀ ਸੀ। ਅਜੀਤ ਬੈਠਾ ਇਸ ਵਿਸਾਲ ਹਵਾ ਦੀਆਂ ਖੱਟੀਆਂ ਮਿੱਠੀਆਂ ਘੁੱਟਾਂ ਪੀਂਦਾ ਰਿਹਾ। ਇੰਨੇ ਵਿੱਚ ਨਿਹਾਲੋ ਦੁੱਧ ਦੇ ਭਰੇ ਦੁਹਾਣੇ ਨੂੰ ਢਾਕ ਉੱਤੇ ਧਰੀ ਨਿਆਣਾ ਘੁਮਾਉਂਦੀ ਉਸ ਦੇ ਕੋਲ ਦੀ ਲੰਘੀ। ਅਜੀਤ ਫਿਰ ਤਕੜਾ ਹੋ ਕੇ ਬੈਠ ਗਿਆ। ਸਬਾਤ ਵਿੱਚ ਹਾਰੇ ਵਿੱਚੋਂ ਧੂੰਆਂ ਉੱਠ ਰਿਹਾ ਸੀ ਅਤੇ ਅੰਦਰ ਨਿਹਾਲੋ ਦੀ ਮਾਂ ਭਾਂਡਿਆਂ ਦਾ ਕੁਝ ਖੜਕਾ ਦੜਕਾ ਪਈ ਕਰਦੀ ਸੀ। ਸੂਰਜ ਦੇ ਛਿਪਣ ਪਿੱਛੋਂ ਸਲੇਟੀ ਰੰਗ ਦੀ ਛਾਂ ਨੇ ਸਭ ਚੀਜ਼ਾਂ ਨੂੰ ਕੱਜ ਦਿੱਤਾ। ਨਿਹਾਲੋ ਨੂੰ ਵੇਖ ਕੇ ਉਸ ਦੀ ਮਾਂ ਨੇ ਆਖਿਆ, ਲੈ ਡੱਡੀਏ ਸਾਗ ਦੇ ਟੁੱਕਰ ਵੀਰ ਨੂੰ ਦੇ, ਖਾ ਲਊ। ਨਿਹਾਲੋ ਛੰਨਾ ਅਤੇ ਬਾਟੀ ਲੈ ਕੇ ਬਾਹਰ ਨਿਕਲੀ। ਤਾਰਿਆਂ ਦੀ ਛਾਂ ਹੇਠ ਅਜੀਤ ਅਜੇ ਵੀ ਕੋਈ ਸੁਪਨਾ ਤੱਕ ਰਿਹਾ ਸੀ। ਉਸ ਹੱਸਦੀ ਹੋਈ ਨੇ ਰੁੱਖਾ ਮਿੱਸਾ ਟੁੱਕ ਉਹਦੇ ਅੱਗੇ ਕਰ ਦਿੱਤਾ। ਰੱਤੀ ਠਹਿਰੀ, ਮੈਂ ਦੀਵਾ ਝੱਸ ਲਿਆਵਾਂ, ਇਹ ਕਹਿ ਕੇ ਉਹ ਫੇਰ ਗੁੰਮ ਹੋ ਗਈ। ਥੋੜ੍ਹੇ ਚਿਰ ਪਿੱਛੋਂ ਬੁੱਢੀ ਅਮੜੀ ਹਨੇਰੇ ਨੂੰ ਟੋਂਦੀ ਬਾਹਰ ਬੇੜੀ ਦੇ ਦੀਵਾ ਫੜੀ ਆ ਗਈ। ਫੱਗਣ ਦਾ ਮਹੀਨਾ ਹੋਣ ਕਰਕੇ ਸੂਰਜ ਦੇ ਡੁੱਬਦਿਆਂ ਹੀ ਉਸਦਾ ਤਾਅ ਵੀ ਠੰਡਾ ਪੈ ਗਿਆ ਸੀ। ਫੁੱਲਾਂ ਪੱਤਿਆਂ ਉੱਤੇ ਤਰੇਲਾਂ ਥਰਕਣ ਲੱਗ ਪਈਆਂ ਸੀ ਅਤੇ ਹਵਾ ਵਿੱਚ ਇੱਕ ਝੁੰਚਣੀ ਭਰੀ ਠੰਡ ਉੱਤਰ ਆਈ ਸੀ। ਬੁੱਢੀ ਮਾਂ ਨੇ ਕਿਹਾ, ਪੁੱਤਰ ਇੱਥੇ ਸ਼ਹਿਰਾਂ ਵਾਂਗ ਕੋਈ ਸਰਾਂ ਸਰੀਖ ਤਾਂ ਹੈ ਨਹੀਂ, ਸਾਡੇ ਦਾਣੇ ਫੱਕੇ ਵਾਲਾ ਕੋਠਾ ਹੈ। ਕੁੜੀ ਜਾ ਕੇ ਤੇਰੇ ਵਾਸਤੇ ਉਸ ਵਿੱਚ ਸੌਣ ਪੈਣ ਲਈ ਕੁਝ ਕਰ ਦਿੰਦੀ ਏ। ਅਜੀਤ ਨੇ ਇਹਨਾਂ ਦੋਹਾਂ ਦੀ ਸੇਵਾ ਦਾ ਧੰਨਵਾਦ ਕੀਤਾ। ਦਿਨ ਭਰ ਇੱਧਰ ਉੱਧਰ ਭੜਕਣ ਭੌਂਕਣ ਨਾਲ ਉਹ ਥੱਕਿਆ ਹੰਬਿਆ ਹੋਇਆ ਸੀ। ਭੁੱਖ ਨਾਲ ਆਂਦਰਾਂ ਵਿੱਚ ਕੜਲਾਂ ਪੈਂਦੇ ਸਨ। ਸਾਗ ਟੁੱਕਰ ਲੰਘਾ ਕੇ ਅਤੇ ਪਾਣੀ ਪੀ ਕੇ ਉਸਨੇ ਰਾਤ ਇਹਨਾਂ ਦੇ ਘਰ ਕੱਟਣ ਦੀ ਬੇਅੰਤ ਪ੍ਰਸ਼ੰਸਾ ਕੀਤੀ। ਨਿਹਾਲੂ ਦੇ ਪਿਓ ਨੂੰ ਮਰੇ ਕਈ ਵਰੇ ਹੋ ਗਏ ਸਨ, ਉਦੋਂ ਜਦੋਂ ਨਿੱਕੀ ਜਿਹੀ ਬਾਲੜੀ ਸੀ। ਵੱਡਾ ਭਰਾ 10-5 ਬੀਘੇ ਦੀ ਵਾਹੀ ਖੇਤੀ ਕਰਦਾ ਸੀ। ਇਸ ਨਿੱਕੇ ਜਿਹੇ ਟੱਬਰ ਦਾ ਗੁਜ਼ਾਰਾ ਹੋ ਜਾਂਦਾ ਸੀ, ਪਰ ਜਦੋਂ ਦੇ ਉਹਦੇ ਹਾਣੀ ਲਾਮ ਵਿੱਚ ਭਰਤੀ ਹੋਏ ਸਨ, ਮਹਿੰਦਰ ਦੇ ਮਨ ਵਿੱਚ ਵੀ ਵਰਦੀ ਬੰਦੂਕ ਅਤੇ ਬੂਟ ਵਾਸਤੇ ਇੱਕ ਖੁਆਇਸ਼ ਜਾਗ ਪਈ ਸੀ। ਆਪਣੀ ਮਾਂ ਦੇ ਕਹਿੰਦੇ ਸੁਣਦੇ ਉਹ ਇੱਕ ਦਿਨ ਚੋਰੀਓਂ ਅੰਬਾਲੇ ਜਾ ਕੇ ਭਰਤੀ ਹੋ ਗਿਆ ਅਤੇ ਇਲਾਹਾਬਾਦ ਜਾ ਕੇ ਚਿੱਠੀ ਪਾ ਦਿੱਤੀ ਕਿ ਉਹ ਫੌਜ ਵਿੱਚ ਲੈ ਲਿੱਤਾ ਗਿਆ ਏ ਅਤੇ ਛੇਤੀ ਹੀ ਸਮੁੰਦਰੋਂ ਪਾਰ ਜਾਊਗਾ। ਮਾਂ ਭੈਣ ਦੋਵੇਂ ਰੋ ਪਿੱਟ ਕੇ ਚੁੱਪ ਹੋ ਰਹੀਆਂ ਅਤੇ ਜਦ ਉਹਨਾਂ ਨੇ 3 ਮਹੀਨੇ ਉਸ ਵੱਲੋਂ ਰੁਪਈਏ ਦਾ ਬੁੱਕ ਆਉਣ ਲੱਗ ਪਿਆ, ਉਹਨਾਂ ਦੇ ਪੀੜ ਅਤੇ ਵਿਛੋੜੇ ਦਾ ਦੁੱਖ ਰਤੀ ਸਿੱਲਾ ਪੈ ਗਿਆ ਸੀ। ਅੱਜ ਇਸੇ ਜਵਾਨ ਦੇ ਅਚਾਨਕ ਆਉਣ ਕਰਕੇ ਦੋਹਾਂ ਮਾਵਾਂ ਧੀਆਂ ਨੂੰ ਚਾਅ ਚੜ੍ਹ ਗਿਆ। ਮੰਜੀ ਉੱਤੇ ਬੈਠਿਆਂ ਗੱਲਾਂ ਕਰਦੇ ਕਾਫ਼ੀ ਰਾਤ ਉੱਤਰ ਆਈ ਸੀ ਅਤੇ ਸਾਰਾ ਪਿੰਡ ਨਿਆਣਿਆਂ ਵਾਂਗ ਰਾਤ ਦੀ ਕਾਲੀ ਚਾਦਰ ਵਿੱਚ ਢੱਕਿਆ ਹੋਇਆ ਸੌਂ ਗਿਆ ਸੀ। ਨਿਹਾਲੂ ਦੀਵਾ ਫੜੀ ਅਜੀਤ ਦੇ ਅੱਗੇ ਅੱਗੇ ਲੱਗ ਪਈ ਅਤੇ ਨੁੱਕਰ ਤੋਂ ਭੌਂ ਕੇ ਧੂੰਏ ਨਾਲ ਧੁਆਖੇ ਹੋਏ ਇੱਕ ਕੋਠੇ ਵਿੱਚ ਵੜ ਗਈ। ਇਸ ਦੀ ਪੀਲੀ ਰੋਸ਼ਨੀ ਵਿੱਚ ਕੋਠਾ ਨਿੱਘਾ ਨਿੱਘਾ ਜਾਪਦਾ ਸੀ। ਉਸ ਨੇ ਦੀਵੇ ਨੂੰ ਸੀਖ ਦਿੱਤਾ
एक लाट भंबड़न लग पई। कंध दियां पाटियां ककड़ियां वांग त्रेड़ा साफ दिसन लग पईआं। एकदम बाहर हवा जाग पई जिवें फगन दा रुकिया होया साह तेज तेज वगन लग पिया होवे। एक सुक्का पत्ता खड़ खड़ करदा उड़दा होया इस कोठे की ड्योड़ी उपर आ के अटक गया ते हवा उस विचों कुरलांदी हुई चीकन लग पई। बरोटे दे मोटे पत्ते आप मुहारे डिक डोले खाण लग पे ते सरों दे खेत उत्ते बुल्ले बेअंत न्याणियां वां कूका मारदे उड्डे फिरदे सन। निहालो दी बुकल दा पल्ला फड़ फड़ करदा सी ते दीवे दा खलोता चानन हिलन लग पिया। दुध दा छन्ना रख के उह तख्ते भेड़न वास्ते अगे वधी। दोने फटे फटे वार वार उसदे जफ्फे विचों निकल के उसनू पिछां धूं खिचदे। हवा दा इक कूकदा होया बुल्ला आया। आले विच पिया दीवा इकदम बुझ गया ते कोठे विच डरे हुए हनेरे ने सब चीज़ां नू एक डूंगी काख विच लुका दिता। बाहर तूफान ते वाछड़ दा जोर वाधा आउंदा सी। बिजली वार वार काले बदलां नू पाड़ के एक तों दूजे थां तरबक उठदी। हनेरा जंगली रिछ वांग कलांदा ते कुरकरियां वड़दा सी। अजीत उसदी सहायता लई उठिया। इन्ने विच निहालो ने सारा जोर ला के ताकतियां नू भेड़ के कुंडी जड़ दित्ती। वापस परती तां अजीत दा मोढा उसदी गल नाल वज्जिया। उह कंब के सुंगड़ गई। अजीत ने शायद ठंड नाल कंबदे हुए आख्या, बाहर तूफान तिखौरा हो गया है ते तूं हनेरे नाल डके हुए कोठे विच कुछ भी नज़र ना आउंदा सी। उह दो मिंट चुप चुपीते खलोते रहे। फिर अजीत दियां हनेरे नू टोंदियां उंगलां निहालू दे गुट नाल टकराइयां। उस दी छू नाल उसदा वाल वाल कंब उठिया। ਉਹ ਜੱਕੋ ਤੱਕੀ ਵਿੱਚ ਇਸੇ ਤਰ੍ਹਾਂ ਕੱਜਲ ਭਿੰਨੀ ਧਰਤੀ ਉੱਤੇ ਕੁੰਗੜੀ ਖਲੋਤੀ ਰਹੀ। ਉਸਦਾ ਗਰਮ ਸਾਹ ਉਸਦੀ ਨੱਕ ਵਿੱਚੋਂ ਭਾਫਾਂ ਵਾਂਗ ਨਿਕਲਦਾ ਸੀ ਅਤੇ ਉਸਦੇ ਮੂੰਹ 'ਤੇ ਇੱਕ ਤੱਤੀ ਭਾਅ ਮਾਗ ਉੱਠੀ ਸੀ। ਅਜੀਤ ਨੇ ਉਸਦੀਆਂ ਉਂਗਲਾਂ ਆਪਣੇ ਹੱਥ ਵਿੱਚ ਕੰਬਦੀਆਂ ਮਹਿਸੂਸ ਕੀਤੀਆਂ। ਉਸਦੇ ਕੂਲੇ ਪੋਟਿਆਂ ਉੱਤੇ ਤਰੇਲ ਵਾਂਗ ਗਿੱਲ ਉੱਤਰ ਆਈ ਸੀ। ਇਸ ਅਜੀਬ ਸ਼ੋਅ ਨੇ ਉਸਦੇ ਸਾਰੇ ਦੇ ਸਾਰੇ ਸਰੀਰ ਵਿੱਚ ਕੰਬਣੀ ਦੀ ਲੀਕ ਵਾਹਾ ਦਿੱਤੀ। ਮੋਗੇ ਵਿੱਚੋਂ ਬਿਜਲੀ ਵਾਰ ਵਾਰ ਲਿਸ਼ਕੋਰੇ ਮਾਰਦੀ। ਨਿਹਾਲੂ ਦੀਆਂ ਮਿੱਡੀਆਂ ਅਤੇ ਵਾਲ ਉਸਦੀਆਂ ਪੁੜਪੜੀਆਂ ਉੱਤੇ ਭਿੱਜੇ ਪਏ ਸਨ। ਉਸਦੇ ਮੱਥੇ ਉੱਤੇ ਮੁੜਕੇ ਦੇ ਤੁਬਕੇ ਇਕੱਠੇ ਹੋ ਗਏ ਸਨ ਅਤੇ ਵੱਖੀ ਵਿੱਚੋਂ ਉਸਦੇ ਦਿਲ ਦਾ ਖੜਕਾ ਸਾਫ਼ ਸੁਣਦਾ ਸੀ। ਬਾਹਰ ਮੀਂਹ ਦਾ ਕਾਲਾ ਰਾਗ ਗੜਕਦਾ ਰਿਹਾ। ਝੱਖੜ ਪਾਣੀ ਦੀਆਂ ਛੱਲਾਂ ਦੇ ਘੁੰਗਰੂ ਬੰਨੀ ਇੱਕ ਸ਼ਰਾਬੀ ਵਾਂਗ ਨੱਚਦਾ ਰਿਹਾ। ਖੂੰਜੇ ਵਿੱਚ ਝਿੰਗਰਾਂ ਅਤੇ ਟਿੱਡੀਆਂ ਦਾ ਰੌਲਾ ਵੱਧ ਗਿਆ। ਬੇਅੰਤ ਫੈਲੀ ਹੋਈ ਕਾਲਖ ਹੋਰ ਵੀ ਡੂੰਘੀ ਹੋ ਗਈ ਅਤੇ ਮੀਂਹ ਦੀ ਕੰਨ ਪਾੜਨ ਵਾਲੀ ਗੂੰਜ ਵਿੱਚ ਸਭ ਨਿੱਕੇ ਮੋਟੇ ਰੌਲੇ ਲੁਕ ਗਏ। ਬੂਹੇ ਦੀ ਇੱਕ ਲੰਮੀ ਝੀਤ ਵਿੱਚੋਂ ਲਿਸ਼ਕਦੀ ਬਿਜਲੀ ਕੋਠੇ ਦੇ ਨਿੱਘੇ ਹਨੇਰੇ ਨੂੰ ਤੇਜ਼ ਤਲਵਾਰ ਦੀ ਧਾਰ ਵਾਂਗ ਕੱਟਦੀ ਸੀ। ਨਿਹਾਲੋ ਨੇ ਘੁੱਪ ਘੇਰੇ ਕੋਠੇ ਨੂੰ ਟੋਂਦਿਆਂ ਥਿਰਕਦੇ ਹੱਥਾਂ ਨਾਲ ਕੁੰਡੀ ਖੋਲ੍ਹੀ। ਬਾਹਰ ਅਜੇ ਵੀ ਮੀਂਹ ਵੱਜਦਾ ਸੀ। ਇੱਕ ਕਾਲਾ ਬੱਦਲ ਸੁੱਤੇ ਪਏ ਪਾਗਲਾਂ ਵਾਂਗ ਹੜਬੜਾ ਕੇ ਇੱਕਦਮ ਟੁੱਟਿਆ ਅਤੇ ਦਰੜ ਦਰੜ ਕਰਦਾ ਸਾਰੇ ਆਕਾਸ਼ ਵਿੱਚ ਖਿੰਡ ਗਿਆ। ਡਰਾਉਣੇ ਹਨੇਰੇ ਦੀ ਇਹ ਚੰਗਿਆੜ ਸੁਣ ਕੇ ਉਹ ਠਠੰਬਰੀ ਅਤੇ ਤਰਬਕ ਉੱਠੀ। ਬੱਸ ਚੱਲੀਏ, ਇੱਕ ਧੀਮੀ ਜਿਹੀ ਆਵਾਜ਼ ਇਉਂ ਨਿਹਾਲੋ ਦੇ ਕੰਨਾਂ ਨੂੰ ਛੂਹੀ ਜਿਕਰ ਕੋਠੇ ਵਿਚਲਾ ਹਨੇਰਾ ਬੋਲਦਾ ਹੁੰਦਾ ਏ। ਹਾਂ, ਪੋਲਾ ਜਿਹਾ ਆਖਦਿਆਂ ਉਹ ਅੱਗੇ ਵਧੀ। ਬਾਹਰ ਵਰਖਾ ਦੀਆਂ ਘਰਾਲਾਂ ਵਗਦੀਆਂ ਸਨ। ਪਾਣੀ ਦੀ ਸਲੇਟੀ ਹੜ੍ਹ ਉੱਤੇ ਚਾਰ ਚੁਫੇਰੀ ਕਾਲੇ ਕਾਲੇ ਪਰਛਾਵਿਆਂ ਦਾ ਮੀਂਹ ਵਰਸਾ ਰਹੀ ਸੀ। ਚੰਬ ਨੇ ਉਸਦੇ ਮੂੰਹ ਸਿਰ ਨੂੰ ਭਿਉਂ ਦਿੱਤਾ। ਉਸਨੇ ਸੁੱਥਣ ਨੂੰ ਤਾਂ ਚੜ੍ਹਾਇਆ ਅਤੇ ਨਸਦੇ ਪਾਣੀ ਦੀਆਂ ਪੰਡਾਲੀਆਂ ਵਿੱਚ ਪੈਰ ਪਾ ਕੇ ਕਾਲੀ ਕਾਲੀ ਦੂਜੀ ਝੁੱਗੀ ਵੱਲ ਚਲੀ ਗਈ। ਹਵਾ ਦੇ ਵਾਵ ਰੋਲੇ ਉਹਦੀ ਗੁੱਤ ਅਤੇ ਚੁੰਨੀ ਨੂੰ ਉਡਾ ਕੇ ਪਿਛਾਂ ਵਗਾ ਮਾਰਦੇ। ਉੜਦੇ ਪਾਣੀ ਦੀਆਂ ਤਿੱਖੀਆਂ ਛੱਲਾਂ ਨਾਲ ਘੁਲਦੀ ਅਤੇ ਚੁੰਨੀ ਫੜ ਫੜ ਕਰਦੀਆਂ ਵਲਗਣਾਂ ਨੂੰ ਬੋਚਦੀ ਉਹ ਅਗਾਂਹ ਸਿਰ ਸੁੱਟੀ ਵਾਹੋ ਦਾਹੀ ਤੁਰੀ ਜਾਂਦੀ ਸੀ। ਸਬਾਤ ਦੀਆਂ ਪਤਲੀਆਂ ਸਿਰਕੀਆਂ ਅਤੇ ਫੂਸ ਦੇ ਛੱਪਰ ਚੋਣ ਕਰਕੇ ਉਹਦੀ ਮਾਂ ਸੁੱਤੀ ਨਹੀਂ ਸੀ। ਨਿਹਾਲੋ ਦੇ ਪੈਰਾਂ ਦੀ ਬਿੜਕ ਸੁਣ ਕੇ ਉਸਨੇ ਉਤਾਵਲੀ ਆਵਾਜ਼ ਪੁੱਛਿਆ, ਵੀਰ ਨੂੰ ਦੁੱਧ ਪਿਲਾ ਆਈਏ ਪੁੱਤ? ਹਾਂ ਮਾਂ ਨੀ, ਧੰਨਵਾਦ।